ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਤੀਜਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ, ਆਨ ਦਿਨ ਗੁਰ ਮਿਲ ਗਾਏ। ਮੀਤਾ ਐਸੇ ਹਰ ਜੀਉ ਪਾਏ, ਛੋੜ ਨਾ ਜਾਈ ਸਦ ਹੀ ਸੰਗੇ, ਆਨ ਦਿਨ ਗੁਰ ਮਿਲ ਗਾਏ। ਰਹਾਉ ਮਿਲਿਓ ਮਨੋਹਰ ਸਰਬ ਸੁਖੈ ਨਾ, ਤਿਆਗ ਨਾ ਕਤਹੁ ਜਾਏ। ਅਨੇਕ ਅਨੇਕ ਭਾਂਤ ਬਹੁ ਪੇਖੇ, ਪ੍ਰੀਏ ਰੋਮ ਨਾ ਸੰਸਰ ਲਾਏ। ਮੰਦਰ ਭਾਗ ਸੋਭ ਦੁਆਰੇ, ਅਨਹਤ ਰੁਣ ਚੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰੀਏ ਥੀਤੇ ਸਦ ਥਾਏ। ਮੰਦਰ ਭਾਗ ਸੋਭ ਦੁਆਰੇ, ਅਨਹਤ ਰੁਣ ਚੁਣ ਲਾਏ। ਕਹੋ ਨਾਨਕ ਸਦਾ ਰੰਗ ਮਾਣੇ, ਗ੍ਰਹਿ ਪ੍ਰੀਏ ਥੀਤੇ ਸਦ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ, ਘਰ ਤੀਜਾ, ਏਕ ਓਂਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਮੈਂ ਅਜਿਹੇ ਮਿੱਤਰ ਪ੍ਰਭੂ ਜੀ ਲੱਭ ਲਏ ਹਨ ਜੋ ਮੈਨੂੰ ਛੱਡ ਕੇ ਨਹੀਂ ਜਾਂਦੇ, ਸਦਾ ਮੇਰੇ ਨਾਲ ਹੀ ਰਹਿੰਦਾ ਹੈ। ਗੁਰੂ ਨੂੰ ਮਿਲ ਕੇ ਮੈਂ ਹਰ ਵੇਲੇ ਉਸ ਦੇ ਗੁਣ ਗਾਉਂਦਾ ਰਹਿੰਦਾ ਹਾਂ। ਰਹਾਉ ਹੇ ਭਾਈ, ਮੇਰੇ ਮਨ ਨੂੰ ਮੋਹ ਲੈਣ ਵਾਲਾ, ਮੈਨੂੰ ਸਾਰੇ ਸੁੱਖ ਦੇਣ ਵਾਲਾ ਪ੍ਰਭੂ ਮਿਲ ਪਿਆ ਹੈ। ਮੈਨੂੰ ਛੱਡ ਕੇ ਉਹ ਹੋਰ ਕਿਤੇ ਵੀ ਨਹੀਂ ਜਾਂਦਾ। ਸੁੱਖਾਂ ਦੇ ਇਕਰਾਰ ਕਰਨ ਵਾਲੇ ਉਹ ਬਥੇਰੇ ਅਨੇਕਾਂ ਕਿਸਮਾਂ ਦੇ ਵਿਅਕਤੀ ਵੇਖ ਲਏ ਹਨ, ਪਰ ਕੋਈ ਵੀ ਪਿਆਰੇ ਪ੍ਰਭੂ ਦੇ ਇੱਕ ਵਾਲ ਦੀ ਵੀ ਬਰਾਬਰੀ ਨਹੀਂ ਕਰ ਸਕਦਾ। ਹੇ ਨਾਨਕ ਆਖ, ਜਿਸ ਜੀਵ ਦੇ ਹਿਰਦੇ ਘਰ ਵਿੱਚ ਪ੍ਰਭੂ ਜੀ ਸਦਾ ਲਈ ਆ ਟਿਕਦੇ ਹਨ, ਉਹ ਸਦਾ ਆਤਮਿਕ ਆਨੰਦ ਮਾਣਦਾ ਹੈ। ਉਸਦੇ ਹਿਰਦੇ ਘਰ ਵਿੱਚ ਭਾਗ ਜਾਗ ਪੈਂਦਾ ਹੈ। ਉਸਦੇ ਹਿਰਦੇ ਵਿੱਚ ਇੱਕ ਰਸ ਧੀਮਾ ਧੀਮਾ ਖੁਸ਼ੀ ਦਾ ਗੀਤ ਹੁੰਦਾ ਰਹਿੰਦਾ ਹੈ। ਉਸ ਨੂੰ ਪ੍ਰਭੂ ਦੇ ਦਰ ਤੇ ਸੋਭਾ ਮਿਲਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।